আসসালামু আলাইকুম ওয়া আলাইকুম আসসালাম জি ফের ভাই কি হাল এ আলহামদুলিল্লাহ আল্লাহ পাক ਦਾ ਸਾਨ ਜੀ ਸਭ ਤੋਂ ਪਹਿਲਾਂ ਸੁਣ ਵੀਰ ਆਪ ਦਾ ਨਾਂ ਦੱਸੋ ਮੇਰਾ ਨਾਂ ਜਨਾਬ ਮਲਕ ਮੁਹੰਮਦ ਹਨੀਫ ਜਨਾਬ ਮਲਕ ਸਾਹਿਬ ਜਰਾ ਆਪ ਦਾ ਐਡਰੈਸ ਵੀ ਦੱਸੋ ਮੇਰੇ ਸੋਹਣੇ ਵੀਰਾਂ ਨੂੰ ਜੀ ਜਨਾਬ ਨਨਕਾਣਾ ਸਾਹਿਬ ਦਾ ਜ਼ਿਲ੍ਹਾ ਹੈ ਜੀ ਸਰ ਤੇ ਨਨਕਾਣਾ ਸਾਹਿਬ ਤੋਂ ਬੈਕ ਸਾਈਡ ਦੇ ਨਾਲ 16 ਕਿਲੋਮੀਟਰ ਮੇਨ ਦੇ ਉੱਤੇ ਹੀ ਸਾਡਾ ਨਾ ਫਾਰਮ ਇਹਦੇ ਘਾਰੇ ਸਾਰਾ ਜਨਾਬ ਮੇਨ ਦੇ ਉੱਤੇ ਜੀ ਮੇਨ ਦੇ ਉੱਤੇ ਹੀ ਜਨਾਬ ਨਾਲ ਨੰਬਰ ਵੀ ਦੱਸ ਦਿਓ ਭਾਈ ਜਾਨ ਨੰਬਰ ਸਾਰਾ ਜਨਾਬ 0301 4811 828 ਵਟਸਐਪ ਵੀ ਇਹੀ ਹੈ ਤੇ ਦੂਜਾ ਵੀ ਇਹੀ ਹੈ ਕਾਲ ਨੰਬਰ ਵੀ ਕੰਟੈਕਟ ਠੀਕ ਹੋ ਗਿਆ ਸਰ ਅੱਛਾ ਅੱਜ ਮੇਰੇ ਸੋਹਣੇ ਵੀਰ ਕੋ ਕਿੰਨੇ ਜਾਨਵਰ ਟੋਟਲ ਖੜੇ ਨੇ ਅੱਜ ਨਾ ਸਾਰੇ ਕੋ 20 ਤੋਂ ਲੈ ਕੇ 25 ਜਾਨਵਰ ਨੇ ਸੇਲ ਦੇ ਮਾਸ਼ਾਅੱਲਾ ਜੀ ਸਾਰੀਆਂ ਗੱਬਣਾ ਨੇ ਕੋ ਕੋਈ ਸੁਈਆਂ ਹੋਈਆਂ ਨੇ ਕੋਈ ਚੋਟੀਆਂ ਸੁਈਆਂ ਨੇ ਕੋਈ ਚੋਟੀਆਂ ਸੂਣ ਵਾਲੀਆਂ ਨੇ ਮਾਸ਼ਾਅੱਲਾ ਜੀ ਅੱਜ ਸਟਾਰਟ ਕਰੋ ਹਾਂ ਇੱਕ ਨੰਬਰ ਤੋਂ ਲਓ ਜੀ ਇੱਕ ਨੰਬਰ ਮਾਸ਼ਾਅੱਲਾ ਜੀ ਚੋਟੀ ਨੰਬਰ 1 ਚੋਟੀ ਨੰਬਰ 1 ਆਇਆ ਜਨਾਬ ਦੋ ਦਿਨ ਦੀ ਚੋਟੀ ਸੁਈ ਹੈ ਜਨਾਬ ਅੱਛਾ ਆ ਚੈੱਕ ਕਰੋ ਜਰਾ ਆ ਚੈੱਕ ਕਰੋ ਜੀ ਮਾਸ਼ਾਅੱਲਾ ਸੋਹਣੀ ਝੋਟੀ ਹੈ ਜੀ ਅੱਲਾ ਤੇ ਹੈ ਨੇ ਜੀ ਕਿਤੋਂ ਕਿੰਨੇ ਸੂਈ ਸੂਈ ਹੈ ਜੀ ਭਾਈ ਜੀ ਪਹਿਲਾਂ ਨੇ ਪਹਿਲਾਂ ਨੇ ਪਹਿਲਾਂ ਝੋਟੀ ਹੈ ਜੀ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਕਿੰਨੇ ਥਲਾ ਦੁੱਧ ਹੈ ਜੀ ਹਾਂ ਜੀ ਇਹ ਪਰਸੋਂ ਸੂਈ ਹੈ ਜਨਾਬ ਹਾਂ ਜੀ ਤੇ 7 ਤੋਂ 8 ਕਿਲੋ ਬੋਲਾ ਜਨਾਬ ਦੋ ਥਣਾਂ ਦਾ ਦੋ ਥਣ ਬੱਚੇ ਨੂੰ ਦੇ ਕੇ ਨਾ ਕੱਟੀ ਨੂੰ ਹਾਂ ਜੀ 7 ਤੋਂ 8 ਕਿਲੋ ਜਨਾਬ ਬੋਲਾ ਪਿੱਛੇ ਜਰਾ ਕਲਿੱਪ ਲਾਓ ਜਰਾ ਹਾਂ ਜੀ ਜੀ ਮੈਂ ਦਿਖਾਣਾ ਚਾਹਣਾ ਭਾਈ ਨੂੰ ਇਸ ਵਾਸਤੇ ਮੈਂ ਰਾਮ ਬੇਨਤ ਤਸਲੀ ਨਾ ਜੀ ਜੀ ਬਿਲਕੁਲ ਇਹ ਚਾਰੇ ਥਣਾਂ ਕ ਬਿਲਕੁਲ ਇਹ ਵਾਰ ਬੇਹਤਰ ਸ ਚੌਣ ਬੜੀ ਚੰਗੀ ਸਾਫ ਸੁਥਰੀ ਝੋਟੀ ਯਾਨੀ ਕਿ ਬਾਤ ਝੋਟੀਆਂ ਐਸੀ ਹੁੰਦੀਆਂ ਨੇ ਤੱਤੀਆਂ ਹੁੰਦੀਆਂ ਨੇ ਨਹੀਂ ਨਹੀਂ ਬੜੀ ਸਾਹੂ ਇੱਕ ਇੱਕ ਬੰਦੇ ਤੇ ਹਿਲ ਜਾਂਦੀਆਂ ਨੇ ਉਹ ਗੱਲ ਕਰਨ ਦਾ ਮਕਸਦ ਇਹ ਜਨਾਬ ਪਹਿਲੇ ਦਿਨ ਸੂਈਏ ਇੱਕ ਦੋ ਦਿਨ ਆਲ ਕਰਦੀ ਬੜਾ ਸਾਹੂ ਝੋਟੀ ਨਿਕਲੀ ਚੌਣ ਛੌਣ ਚੰਗੀ ਹੈ ਅੱਛਾ ਅੱਛਾ ਅੱਛੀ ਝੋਟੀ ਹੈ ਇਹ ਕੀ ਛਿਗੀ ਹੈ ਹਾਂਜੀ ਇਹ ਛਿਗੀ ਹੈ ਜਨਾਬ ਝੋਟੀ ਕੀ ਰੇਡ ਹੈ ਇਹਦਾ ਜੀ ਹਾਂਜੀ रेट की है। दो लाख पच्चीस हजार रुपया करो प्यार नहीं नहीं प्यार करेगा दूजे नंबर वन हाँ जी छोटी माशाला जी सुना बच्चा तो बच्चा माशाला कि प्यारा वेखो वह वेखो मेरे सुन भीरो भौड़ा ला के आओ आ ਇਹ ਕਿਹੜੀ ਨਸਲ ਹੈ ਜੀ ਹਾਂਜੀ ਇਹ ਫਰੀਜ਼ੀਅਨ ਕਰਾਸ ਹੈ ਜਨਾਬ ਫਰੀਜ਼ੀਅਨ ਕਰਾਸ ਹੈ ਜੀ ਹਾਂਜੀ ਦੋ ਦਿਨ ਦੀ ਸੂਈ ਹੈ ਸਿਰਫ ਪਰਸੋ ਸੂਈ ਹੈ ਅੱਛਾ ਹਾਂਜੀ ਪਰਸੋ ਸੂਈ ਹੈ ਜੀ ਹਾਂਜੀ ਅਹ ਚੈੱਕ ਕਰੋ ਚੱਡਾ ਚੈੱਕ ਕਰੋ ਜੀ ਕਿੰਨਾ ਦੁੱਧ ਦੇ ਰਹੀ ਹੈ ਜੀ ਹਾਂਜੀ ਇਹ ਦੁੱਧ ਤਾਂ ਇਨਸ਼ਾਅੱਲਾ 20 ਲੀਟਰ ਤੋਂ ਪਲੱਸ ਹੋਏਗਾ ਮਾਸ਼ਾਅੱਲਾ ਸਭ ਦੋ ਦਿਨ ਦੀ ਵਾਲੇ ਬੋਲੇ ਵਿੱਚ ਤੇ 10 ਕਿਲੋ ਹੈ ਜਨਾਬ 10 ਲੀਟਰ ਇੱਕ ਟਾਈਮ ਦਾ ਹਾਂਜੀ ਨਹੀਂ ਦੋ ਟਾਈਮ ਦਾ ਦੋ ਬੱਚੇ ਨੂੰ ਦੇ ਕੇ ਨਾ ਹਾਂਜੀ ਹਾਂਜੀ ਤੇ ਸਾਊਸੀਲ ਬਹੁਤ ਹੈ ਜਨਾਬ ਤੇ ਬਹੁਤ ਅੱਛੀ ਗਾਇ ਹੈ ਜਨਾਬ ਚੌਣ ਚੌਣ ਦੇ ਆ ਕੇ ਇਹਦਾ ਕੀ ਢਮਾਂਡ ਹੈ ਜੀ ਹਾਂਜੀ ਇਹ 2 ਲੱਖ 20 ਹਜ਼ਾਰ ਰੁਪਿਆ ਕਿਨਾਂ ਇਹ ਸਾਰੇ ਦੇ 2 ਲੱਖ 20 ਉਹਨਾਂ ਤੋਂ 25 ਇਹਦੇ 20 ਇਹਨਾਂ ਪਿਆਰ ਕਰੋ ਜੀ ਪਿਆਰ ਵੀ ਹੋ ਜਾਏਗਾ ਇਨਸ਼ਾਅੱਲਾ ਕੋਈ ਪੰਜ ਛੱਡ ਦਿਓ ਮੇਰੇ ਮੂੰਹੋਂ ਟੇਲੀ ਝੋਟੀ ਆ ਗਈ ਜੀ ਲੋ ਜੀ ਤੀਸਰੇ ਨੰਬਰ ਤੇ ਜਨਾਬ ਇਹ ਫਾਟੇ ਝੇਲੀ ਝੋਟੀ ਢੇਲੀ ਝੋਟੀ ਜਿਹਨੂੰ ਮੀਨੀ ਵੀ ਕਹਿੰਦੇ ਨੇ ਹਾਂਜੀ ਦੋ ਵੇਸੇ ਗਿਲਦੇ ਨੇ ਜਨਾਬ ਹਾਂ ਬਿਲਕੁਲ ਜੀ ਜਨਾਬ ਪਹਿਲਾਂ ਝੋਟੀ ਜਨਾਬ ਕਾਦ ਬਹੁਤ ਵੇਖੋ ਜਨਾਬ ਪਹਿਲਾਂ ਜੋਟੀਆਂ ਅੱਜ ਫਿਰ ਭਰਾ ਸਾਡਾ ਪਹਿਲਾਂ ਜੋਟੀਆਂ ਲੈ ਗਿਆ ਬੜੀਆਂ ਭਾਈ ਡਿਮਾਂਡ ਕੁਆਲਟੀ ਵਾਲਾ ਮਾਲ ਰੱਖੀਦਾ ਮਾਸ਼ਾਅੱਲਾ ਨਹੀਂ ਭਾਈ ਗੱਲ ਇੱਕ ਹੀ ਹੁੰਦੀ ਹੈ ਜੇ ਮਾਲ ਕੁਆਲਟੀ ਵਾਲਾ ਨਾ ਤੇ ਮਾਸ਼ਾਅੱਲਾ ਲੋਕ ਤੁਹਾਨੂੰ ਬੱਜ ਬੱਜ ਕੀ ਤੁਹਾਡੇ ਕੋਲ ਆ ਜਾਣਗੇ ਇਹ ਗੱਭਣੇ ਜਨਾਬ 810 ਦੇ ਲੈਂਦੀ ਹੈ 810 ਦੇ ਮਾਸ਼ਾਅੱਲਾ ਠੰਡ ਜਾ ਰੋਈ ਅੱਲਾ ਬਸ ਬਚਾਏ ਲਾਟੂ ਨੇ ਮਾਸ਼ਾਅੱਲਾ 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 ਸ਼ਾ ਕਾਲੀ ਜਨਾਬ ਅੱਖਾਂ ਵੀ ਕਾਲੀਆਂ ਸਿੰਘ ਵੀ ਕਾਲੇ ਇਹ ਕਿਹੜੀ ਨਸਲ ਹੈ ਨੀਲੀ ਰਾਬੀ ਜਨਾਬ ਨੀਲੀ ਰਾਬੀ ਜੀ ਮਾਸ਼ਾਅੱਲਾ ਉਠਾ ਚੰਗਾ ਝੋਟੀ ਦਾ ਸੋਨਾ ਲੈ ਜੀ ਸੁਣਣਾ ਜੀ ਹਾਂ ਜੀ ਸੋਨਾ ਜਨਾ ਸੋਣ ਵਾਲੀ ਗੱਬਣ ਦੋਵੇਂ ਸਿੰਘ ਹਿਲਦੇ ਨੇ ਮੀਨੇ ਨੇ ਮੀਨੇ ਜੀ ਕਿੰਨਾ ਜੀਂਦੀ ਮਾਖੀ ਹਾਂ ਜੀ 2,65,000 ਜਨਾਬ 2,65,000 ਇਹਦੀ ਕੀਮਤ ਹੈ ਜੀ ਪਿਆਰ ਮੁਹੱਬਤ ਇਨਸ਼ਾਅੱਲਾ ਜ਼ਰੂਰ ਹੋਵੇਗਾ ਜ਼ਰੂਰ ਹੋ ਜਾਏਗਾ ਜਦੋਂ ਤੁਸੀਂ ਇੱਥੇ ਆਵੋਗੇ ਝੋਟੀ ਨੰਬਰ ਜਨਾਬ 4 ਆ ਗਈ ਜੀ ਝੋਟੀ ਨੰਬਰ 4 ਮਾਸ਼ਾਅੱਲਾ ਜੀ ਝੋਟੀਆਂ ਅੱਜ ਮਾਲ ਜੀ ਕੁਆਲਟੀ ਵਾਲਾ ਭਾਈ ਮਾਲ ਲੈ ਕੇ ਆ ਗਏ ਨੇ ਮਾਸ਼ਾਅੱਲਾ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਬਣ ਰਹੀ ਹੈ ਤੇ ਦੋਸਤ ਇੱਕ ਰਾਸ਼ਾ ਕਰ ਜਨਾਬ ਵੀ ਜੀ ਜੀ ਪਹਿਲਾਂ ਝ ਹਾਂਜੀ ਇਹ ਵੀ ਆ ਥਣ ਥਣ ਚੈੱਕ ਕਰੋ ਜਨਾਬ ਮਾਸ਼ਾਅੱਲਾ ਜੀ ਮਾਸ਼ਾਅੱਲਾ ਲਾਟੂ ਨੇ ਜੀ ਲਾਟੂ ਲਾਟੂ ਹਾਂ ਬਿਲਕੁਲ ਜਨਾਬ ਕਲਾ ਕਲਾ ਹਰ ਚੀਜ਼ ਇਹ ਵੀ ਪਹਿਲੇ ਨੇ ਜੀ ਇਹ ਵੀ ਪਹਿਲੇ ਨੇ ਜਨਾਬ ਲਓ ਜੀ ਪਹਿਲੇ ਇਹ ਕਿੰਨੇ ਦਿਨ ਦੁੱਧ ਦੇ ਰਹੀਏ ਹਾਂਜੀ ਨਹੀਂ ਇਹ ਸੂਣ ਵਾਲੀ ਗੱਬਣ ਹੈ ਜਨਾਬ ਅੱਛਾ ਗੱਬਣ ਹੈ ਜੋ ਕਿੰਨੇ ਮਹੀਨੇ ਗੱਬਣ ਹੈ ਜੀ ਇੱਕ ਜਨਾਬ ਤਿਆਰ ਹਿਆ 8 ਤੋਂ 10 ਦਿਨ ਲੱਗੇ 8 ਤੋਂ 10 ਦਿਨ ਜੀ ਹਾਂਜੀ ਠੀਕ ਹੋ ਗਿਆ ਜੀ ਕੀ ਦੀ ਮੰਗ ਹੈ ਦੀ ਇਹਦੀ ਮੰਗ 2 ਲੱਖ 20 ਹਜ਼ਾਰ ਰੁਪਏ 2 ਲੱਖ 20 ਹਜ਼ਾਰ ਕੋਈ ਨਫ਼ਰਤ ਨਫ਼ਰਤ ਨਹੀਂ ਪਿਆਰ ਹੋਵੇਗਾ ਇਨਸ਼ਾਅੱਲਾ ਨਹੀਂ ਮੈਂ ਸਵਾ ਕੇ ਪਿਆਰ ਪੁੱਛਦਾ ਹੁਣ ਨਫ਼ਰਤ ਪੁੱਛੀ ਉਹ ਅੱਖਾਂ ਚੈੱਕ ਕਰੋ ਸਿੰਘ ਚੈੱਕ ਕਰੋ ਇਹ ਨਸਲ ਕਿਹੜੀ ਚੌਗੀ ਛਿੱਗੀ ਨਾਲੇ ਇਹ ਜਨਾਬ ਛਿੱਗੀ ਹੈ ਜਨਾਬ ਛਿੱਗੀ ਹੈ ਜੀ ਮਾਸ਼ਾਅੱਲਾ ਜੀ ਇਹ ਥੋੜਾ ਇਸ ਪਾਸੇ ਹੋ ਜਾ ਇਧਰ ਆ ਜਾ ਜਰਾ ਇਹ ਚੈੱਕ ਕਰੋ ਜੀ ਇਹ ਜੀ ਇਹ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਜੋੜੀਆਂ ਚਾਰ ਪੰਜ ਹੋ ਗਈਆਂ ਨੇ ਅਜੇ ਚੌਥੇ ਨੰਬਰ ਤੇ ਜੀ ਆ ਪੰਜਵੀਂ ਜੋੜੀ ਆ ਗਈ ਪੰਜਵੀਂ ਜੋਟੀ ਆ ਇਹ ਵੀ ਪਹਿਲੇ ਨੇ ਜਨਾਬ ਇਹਦੇ ਇਧਰ ਮੁਕਾ ਕੇ ਇਧਰ ਮੁਲਾ ਇਧਰ ਮੂਵ ਹੋਣਾ ਜੀ ਜਰਾ ਸਰਨભાઈ ਜਰਾ ਦਰਵਾਹੋ ਹਾਂਜੀ ਇਹ ਛੋਟੀ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਛੋਟੀ ਚੈੱਕ ਕਰੋ ਜੀ ਕਾਲੀ ਸ਼ਾਹ ਤੁਸੀਂ ਆਂਦੇ ਨੇ ਛੋਟੀਆਂ ਨਹੀਂ ਲੈ ਕੇ ਆਂਦੇ ਮਾਲ ਬੋਲਦਾ ਭਾਈ ਨੀ ਵਾਲੀ ਜੋੜੀ ਥਾਂ ਚੈੱਕ ਕਰੋ ਬਰੀਕ ਕੀ ਚੈੱਕ ਕਰੋ ਛੋਟੀ ਦੀਆਂ ਵੇਖੋ ਜਨਾਬ ਮਾਸ਼ਾਅੱਲਾ ਜੀ ਕੱਲਾ ਕੱਲਾ ਥਾਂ ਜਨਾਬ ਹਰ ਜਿੰਗੀ ਦੀ ਮੰਗ ਕਰ ਰਹੇ ਜੀ ਭਾਈ ਜੀ ਇਹਨਾਂ ਦਾ 230000 ਰੁਪਇਆ ਦਾ 230000 ਜੀ ਕਿੰਨੇ ਮਹੀਨੇ ਦੀ ਗੱਬਣੇ ਇਹ ਬਾਅਦ 810 ਦਿਨ ਲੱਗੇ ਇਹ ਵੀ 810 ਦਿਨ ਹਾਂਜੀ ਮਾਸ਼ਾਅੱਲਾ ਜੀ ਲੈ ਉਰੇ ਟੋਰ ਕੇ ਲਿਆਓ ਪੁਰਾਣੇ ਬਖਾਈਏ ਜੀ ਚਾਰ ਥਾਂ ਤੋਂ ਨੇ ਚੈੱਕ ਕਰਾਓ ਜਨਾਬ ਮਾਸ਼ਾਅੱਲਾ ਜੀ ਸਾਡੇ ਵੀ ਇਹ ਚਾਰੇ ਥਾਂ ਬੇਸ਼ਰਮ ਹਾਂਜੀ ਜੀ ਜੀ ਕੀ ਗੱਲ ਕਰ ਰਹੇ ਆ ਜਿਹੜੇ ਬਾਹਰ ਬੈਠੇ ਉਹ ਦਿਲਚਸਪੀ ਲੈਂਦੇ ਨੇ ਉਹਨਾਂ ਨੂੰ ਜਰਾ माशा जी, जी। थे थे तो ने ने के गेट गेट बिरला माशाला वाकया जी वाकया जी मन गया जी मन गया चोटी नंबर छे फड़ो चोटी नंबर छे आ गए जी अगे आओ जी जल्दी कर लो जल्दी कर लो डोजल ला लो नारे जी,

ਐ ਤੇ ਥੱਲੇ ਜੀ ਐ ਦੇ ਦੇਖੀ ਜਰਾ ਐ ਮਾਸ਼ਾਅੱਲਾ ਜੀ ਥਾਂ ਚੈੱਕ ਕਰੋ ਜੀ ਲਾਟੂ ਲਾਟੂ ਜੀ ਮਾਸ਼ਾਅੱਲਾ ਜੀ ਅਲੇ ਆਵਾਸ਼ ਵਾ ਪਾਈ ਥਾਂ ਤੁਣ ਬੜੇ ਸੋਹਣੇ ਨੇ ਮਜ਼ਾਬ ਕਲੀਅਰ ਅਸੀਂ ਗਰੰਟੀ ਦੇਾਂਗੇ ਥਾਂ ਦੀ ਵੀ ਕਿਸੇ ਕਿਸੇ ਦਾ ਨੁਕਸਾਨ ਹੋਵੇ ਜ਼ਿੰਮੇਦਾਰ ਹੋਵਾਂਗੇ ਮਿਸਾਲ ਜਿਹੜੀ ਵੀ ਝੋਡੀ ਤੁਹਾਡੇ ਕੋਲ ਲਈ ਜਾਵੇ ਅਸੀਂ ਹਰ ਜ਼ਿੰਮੇਦਾਰ ਦੇ ਜ਼ਿੰਮੇਦਾਰ ਜੀ ਇਨਸ਼ਾਅੱਲਾ ਥਾਂ ਦੇ ਦੰਦਾਂ ਦੇ ਅੱਖ ਦੇ ਹੋਰ ਕੋਈ ਨੁਕਸਾਨ ਹੋਵੇ ਅਸੀਂ ਜ਼ਿੰਮੇਦਾਰ ਹੋਵਾਂਗੇ ਇਹਦੀ ਕੀਮਤ ਕਿੰਨੀ ਮੰਗੀ ਜੇ ਇਹਨਾਂ ਵੀ 2 ਲੱਖ 65 ਹਜ਼ਾਰ ਰੁਪਏ ਜਨਾਬ 2 ਲੱਖ 65 ਹਜ਼ਾਰ ਦੀ ਇਹ ਝੋਡੀ ਅੱਗੇ ਆਜੋ ਥੋੜਾ ਜਿਹਾ ਇਹ ਪਹਿਲਾ ਸੁਆ ਸੁਣਾ ਜੀ ਹਾਂਜੀ ਪਹਿਲਣ ਇਹ ਵੀ ਜਨਾਬ ਪਹਿਲਣ ਹੈ ਆ ਚੈੱਕ ਕਰੋ ਜੀ ਆ ਚੈੱਕ ਕਰੋ ਜਨਾਬ आ माशाल्लाह जी चड्डा चेक करो अल्लाह नजर बद तो बचाए माशाल्लाह जी इस तरह की जोड़ियां भाई कोई ले गयांदा तुसी आ आप दो तो एक वेयर फिर आ गई है जनाब आज ही आई अच्छा तो है 10 से 15 दिन लेंदी इधर पीछे से एक केड़ी नस्ल है जी हां जी ये फ्रीजियन क्रॉस है जनाब जनाब आ देखो माशाल्लाह ये 15 रेट ਕੀਮਤ ਕੀ ਹੈ ਜੀ ਇਹ 1.60 ਲੱਖ ਰੁਪਏ ਜਨਾਬ ਪਹਿਲਾਂ ਨੇ ਵੀ ਨਹੀਂ ਜੀ ਨਹੀਂ ਇਹ ਦੂਸਰੇ ਸੂਬੇ ਜਨਾਬ ਦੂਸਰੇ ਸੂਬੇ ਪਿਛਲਾ ਰਿਕਾਰਡ ਕੀ ਹੈ ਪਿਛਲਾ ਰਿਕਾਰਡ ਅੱਗੂ ਹੀ ਆਈ ਅਸੀਂ ਕਿਉਂ ਝੂਠ ਬੋਲੀਏ ਜਨਾਬ ਉਹ ਸੁਥਰੀ ਹੈ ਮਹਿਰ ਜਨਾਬ ਹਾਂ ਜੀ ਸਾਡੀ ਅੱਗੂ ਹੀ ਹੈ ਪਿੰਨਾ ਚੋਂ ਲਈ ਦੀਆਂ ਇੱਥੋਂ ਜਨਾਬ ਆਪਣੀ ਜੂਹ ਚ ਰਿਕਾਰਡ ਦੱਸਦੇ ਨਹੀਂ ਪਿਛਲਾ ਰਿਕਾਰਡ ਮਾਲਕ ਤਾਂ ਜਨਾਬ ਬੜਾ ਬੜਾ ਦੱਸਦੇ ਨੇ ਪਰ ਇਹ ਜਮਰਾ ਦੀ ਆਪਣੀ ਨਸੀਬ ਹੁੰਦੇ ਨੇ ਬੰਦੇ ਦੇ ਵੀ ਤੇ ਜਮਰਾ ਇੱਕ ਸਵੇਰ ਕੱਢ ਦੋ ਦਿੰਦਾ ਇੱਕ ਸਵੇਰ ਜ਼ਿਆਦਾ ਦੁੱਧ ਦਿੰਦਾ ਵੇਖਿਆ ਜੇ ਅੱਛੀ ਕੇਅਰ ਕਰੋਗੇ ਤਾਂ ਜ਼ਿਆਦਾ ਦੁੱਧ ਲਾਓਗੇ ਕੱਟ ਕੇ ਥੋੜਾ ਦੁੱਧ ਲਾਓਗੇ ਇਹ ਜਨਾਬ ਮਾਈ तिसरे ਸਵੇਰ ਜਨਾਬ ਮਾਸ਼ਾ ਅੱਲਾਹ ਜੀ ਇਹਦਾ ਵੀ ਰਿਕਾਰਡ ਹੈਗਾ ਜੀ ਨਹੀਂ ਜੀ ਰਿਕਾਰਡ ਕੋਈ ਨਹੀਂ ਜਨਾਬ ਪਿਛਲਾ ਜੀ ਰਿਕਾਰਡ ਨਹੀਂ ਸਾਡੇ ਕੋਈ ਰਿਕਾਰਡ ਨਹੀਂ ਤੁਸੀਂ ਸੱਜਣ ਲੈ ਕੇ ਆ ਜੀ ਮਾਸ਼ਾ ਅੱਲਾਹ ਚੈੱਕ ਕਰੋ ਇੱਧਰ ਲਿਆ ਇੱਧਰ ਲਿਆ ਇਹ ਜਨਾਬ ਗੱਬਣੇ ਮਾ ਜਨਾਬ ਵੱਲੇ ਕਿੰਨੇ ਬਿਨੇ ਦੀ ਇਹ ਜਨਾਬ ਤਿਆਰ ਹੀ 8-10 ਦਿਨ ਲਾਗੀ ਇਸ ਸ਼ਕਲ ਦਾ ਤਾਂ ਹਾਂ ਜੀ

ਆਹ ਵੇਖੋ ਮੂੰ ਮੱਥਾ ਸੋਹਣਾ ਸੋਹਣਾ ਮਾਸ਼ਾਅੱਲਾ ਜੀ ਆਹ ਲਾਟੂ ਨੇ ਗਿੱਠ ਦਵਾ ਚੈੱਕ ਕਰੋ ਜੀ ਟੋਰੋ ਜੀ ਟੋਰੋ ਇਹ ਜਨਾਬ ਸੂਈ ਹੋਈ ਏ ਸੂਈ ਵੀ ਏ ਹਾਂ ਜੀ 8 ਤੋਂ 10 ਕਿਲੋ ਦਾ ਬੋਲਾ ਜਨਾਬ ਮਾਸ਼ਾਅੱਲਾ ਜੀ ਇਹ ਹੁਣੀ ਕਿ ਸੂਈ ਏ ਹਾਂ ਜੀ ਸੂਈ ਏ 5 6 ਦਿਨ ਹੋ ਗਏ ਨੇ ਸੂਈ ਨੇ ਇਹਦੀ ਕੀ ਕੀਮਤ ਮੰਗ ਰਹੇ ਜੀ ਇਹਦੇ ਜਨਾਬ 235000 ਰੁਪਇਆ 235000 ਭਾਈ ਵਾਲੀ ਕਹਿ ਰਹੇ ਜੀ ਪਿਆਰ ਮੁਹੱਬਤ ਹੋਵੇਗੀ ਇੱਥੇ ਹੁਣ ਇਹਦਾ ਦੁੱਧ ਕਿੰਨਾ ਦੇ ਰਹੀ ਏ 10 ਕਿਲੋਟਰ ਹੈ ਜਨਾਬ 10 ਲੀਟਰ ਦੁੱਧ ਇੱਕ ਟਾਈਮ ਦੋ ਟਾਈਮ ਦੋ ਟਾਈਮ ਦਾ ਜਨਾਬ ਬੱਚੇ ਨੂੰ ਦੇ ਕੇ ਦ एना जनाब 12 लीटर दो दजनाब ते 12 तो 14 लीटर दो दजनाब दो टैम्दा बच्चे ने दो दज छाड़ी के बड़ी साउंस ही ले हाँ जी माशाल्लाह जी क्या इनकी मंकी मंकी जे एक लाख चालीस हजार भी है एक लाख चालीस हजार मबद्दरूर हो जाएगा इन्शाल्लाह लॉजी बाय जाना टैम्दा मत करो नंबर मलाल काल उठाओ ਮਾਸ਼ਾਅੱਲਾ ਦੂਸਰੇ ਸਵੇ ਜਨਾਬ ਛੋਟੀ ਜੇ ਜਨਾਬ ਲਓ ਜੀ ਕਿੰਨੇ ਕਿੰਨੇ ਝੋਟੇ ਦੂਸਰੇ ਸਵੇ ਜਨਾਬ ਦੂਸਰੇ ਸਵੇ ਜੀ ਦੂਸਰੇ ਸਵੇ ਜਨਾਬ ਪਹਿਲਾ ਸੂਆ ਆਪਣੇ ਸੂਈ ਨਹੀਂ ਜੀ ਅੱਗੇ ਸੂਈ ਹੈ ਜਨਾਬ ਕੋਈ ਰਿਕਾਰਡ ਵੀ ਦੱਸ ਦਿਓ ਰਿਕਾਰਡ ਜਨਾਬ ਹੋਣ ਤਾਂ ਸਾਰੇ ਕੋਲ ਰਿਕਾਰਡ ਪੁੱਛੋ ਨਾ ਅੱਛਾ ਇਹਨਾਂ ਰਿਕਾਰਡ ਦੱਸੋ 10 ਲੀਟਰ ਕਿਲੋ ਦੋ ਦਿਨ ਦੀ ਜਨਾਬ ਪਿੱਛੇ ਲੀਟਰ ਜ਼ਿਆਦਾ ਕਰ ਜਾਂਦੀ ਕਿਲੋ ਘੱਟ ਕਰ ਜਾਂਦੀ ਜੇ 10 ਕਿਲੋ ਲੀਟਰ 12 ਕਿ ਲੀਟਰ ਹੋ ਜਾਏਗਾ ਅੱਛਾ ਅੱਛਾ ਤੇ ਕਿਲੋ 10 ਹੋਣਗੇ ਜਨਾਬ ਅੱਛਾ ਅੱਛਾ ਤੇ ਚੌਣ ਸ਼ੌਣ ਸੁਥਰੀ ਥਣ ਕੱਲੇ ਕੱਲੇ ਚੋਾਈ ਚੰਗੀ ਜਨਾਬ ਹਾਂਜੀ ਸੋਹਣੀ ਸੁਥਰੀ ਮਾਸ਼ਾਅੱਲਾ ਜੀ ਹਾਂਜੀ ਦੂਸਰਾ ਸੂਆ ਸੂਈ ਹੈ ਵੇਰ ਫੜੋ ਯਾਰ ਸਾਰੇ ਇੱਥੇ ਕਰੋ ਦੂਸਰਾ ਸੂਆ ਸੂਈ ਹੈ ਜੀ ਮੈਂ ਇਹਦੀ ਕੀ

ਮਾਸ਼ਾਅੱਲਾ ਤੁਸੀਂ ਆਪਣੇ ਤਜਰਬੇ ਨਾਲ ਦੋਦੀ ਬੱਚੀ ਹਲੇ ਮੂੰਹ ਜਨਾਬ ਮਾਸ਼ਾਅੱਲਾ ਜੀ ਸੋਹਣਾ ਕੱਲਾ ਕੱਲਾ ਥਾਂ ਤੇ ਕਾਲਾ ਥਾਂ ਜਨਾਬ ਪਹਿਲਾ ਸੁਬਾ ਸੁਣਾ ਨਹੀਂ ਪਹਿਲਾ ਸੁਣਾ ਦੋਦੀ ਬੱਚੀ ਮੂੰਹ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੋਹਣਾ ਦਾ ਹੁਣ ਕੱਢਣ ਲਈ ਜਨਾਬ ਇਹ ਦੇਖੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਗੇ ਕਰੋ ਥੋੜੀ ਜੀ ਮਾਸ਼ਾਅੱਲਾ ਜੀ ਟੋਰੋ ਜੀ ਆ ਮਾਸ਼ਾਅੱਲਾ ਲੈ ਆ ਮਾਸ਼ਾਅੱਲਾ ਡਰ ਗਏ ਜੀ ਡਰ ਗਏ ਡਰ ਗਏ ਵੀਡੀਓ ਵਾਲੇ ਤੋਂ ਡਰ ਗਏ ਸਾਡੇ ਨੂੰ ਵੈਸੇ ਡਰ ਗਏ ਬੜੇ ਬੜੇ ਬੰਦੇ ਡਰ ਗਏ ਆ ਛੋਟੀਆਂ ਰਫਾਨ ਲੈ ਕੇ ਉਧਰੋਂ ਗੱਬ ਬਣਾ ਲਈ ਮਾਸ਼ਾਅੱਲਾ ਜੀ ਮਾਸ਼ਾਅੱਲਾ ਮਦੂਦ ਆਫਰਾਂ ਆ ਗਈਆਂ ਨੇ ਭਾਈ ਇਨੀਬ ਸਾਹਿਬ ਦੀਆਂ ਮਾਸ਼ਾਅੱਲਾ ਸੋਹਣੇ ਡੰਗਰ ਲੈ ਕੇ ਆਂਦੇ ਨੇ ਮਾਸ਼ਾਅੱਲਾ ਜੀ ਇਹ ਵੀ ਹੁਣ 哦。Oh. ਇੱਕ ਜਨਾਬ ਸਾਹੀਵਾਲ ਦੀ ਬੈੜ ਜਨਾਬ ਸਾਡੇ ਕੋਲ ਹਾਂਜੀ ਉਹ ਵੀ ਜਨਾਬ 15 ਦਿਨ ਲੈਂਦੀ 10 15 ਦਿਨ ਬਹੁਤ ਅੱਛੀ ਬੈੜ ਹੈ ਸਾਹੀਵਾਲ ਕੋਈ ਸ਼ੌਕ ਕਰ ਦ ਰੱਖਦਾ ਹੋਵੇ ਹਾਂਜੀ ਹਾਂਜੀ ਉਹ ਵੀ ਸਾਡੇ ਕੋਲ ਜਨਾਬ ਮੌਜੂਦ ਹੈ ਉਸ ਤੋਂ ਇਲਾਵਾ ਜਿਹੜੇ ਭਾਈ ਨੂੰ ਜਿਸ ਕਿਸੇ ਦਾ ਮਾਲ ਚਾਹੀਦਾ ਸਾਨੂੰ ਫੋਨ ਦੱਸ ਦੇ ਅਸੀਂ ਇਨਸ਼ਾਅੱਲਾ ਉਹਦੀ ਡਿਮਾਂਡ ਦੇ ਮੁਤਾਬਕ ਮਾਲ ਦੇਾਂਗੇ ਕੋਈ ਨਾ ਐਡਵਾਂਸ ਡੂਨਸ ਐਡਵਾਂਸ ਇੰਦਾ ਕੋਈ ਨਹੀਂ ਹੰਦਾ ਤੁਸੀਂ ਮੌਕੇ ਦੇਾਂਗੇ ਚੈੱਕ ਕਰੋ ਮੌਕੇ ਦੇਾਂ ਕੇ ਲੈ ਜਾਓ ਕੋਈ ਨੁਕਸ ਹੋਵੇ ਅਸੀਂ ਜ਼ਿੰਮੇਦਾਰ ਹੋਵਾਂਗੇ ਜਨਾਬ ਵਾ ਦੁੱਧ ਵਿਧੀ ਚੋਈ ਵੀ ਮੌਕੇ ਤੇ ਕਰਨ ਹਾਂਜੀ ਮੌਕੇ ਤੇ ਚੋਈ ਕਰਦੇ ਮੌਕੇ ਦੇਾਂਗੇ ਥਾਂ ਦੂਸਰੇ ਸੁਬੇ ਦੀ ਤੋਰ ਦੂਸਰੇ ਸੁਬਾ ਜੀ ਇਹ ਪਹਿਲਾ ਸੁਬਾ ਦੜੇ ਸੁਈ ਹੈ ਜਾਂ ਪਿੱਛੇ ਹੀ ਆਈ ਹੈ ਪਿੱਛੋਂ ਆਈ ਹੈ ਸਾਫ ਘਰ ਕਰਦੇ ਨਾ ਬਹੁਤ ਅੱਛਾ ਹੈ ਕਿੰਨੇ ਬਹੁਤ ਸਾਉ ਸੀ ਤੇ ਦੁੱਧ ਵਾਲੀ ਬੈੜ ਹੈ ਮਾਸ਼ਾਅੱਲਾ 15 ਦਿਨ ਲੈਂਦੀ ਹੈ ਲੈ ਜਨਾਬ 15 ਦਿਨ ਲੈਂਦੀ ਹੈ ਕੀ ਦਿਮਾਨ ਹੈ ਜੀ ਇਹਨਾਂ ਦੀ ਹਾਂਜੀ ਇਹਦੀ ਕੀਮਤ ਕਿੰਨੀ ਹੈ ਜੀ ਜਿੰਨੀ ਮਰਜ਼ੀ ਜਨਾਬ ਕਰ ਲਓ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਫਿਰ 80000 ਨਹੀਂ 165000 ਰੁਪਏ ਮੈਨੂੰ ਪਤਾ 165000 ਹੀ ਮੰਗਣਾ ਹੈ ਇੱਕ ਅਸੀਮਤ ਬੀ ਬਹੁਤ ਅੱਛੀ ਹੈ ਜਨਾਬ ਮਾਸ਼ਾਅੱਲਾ ਕੱਜੀ ਜੋ ਚੱਡਾ ਕਰੇਗੀ ਇਨਸ਼ਾਅੱਲਾ ਥੱਬੇ ਜਿਹੜਾ ਚੱਡਾ ਹੋਏਗਾ ਬੱਚੀ ਮਾਸ਼ਾਅੱਲਾ ਜਿਹੜੇ ਭਾਈ ਪਿਓਰ ਸਾਈਬਾ ਨਸਲ ਦੇ گاؤں ਰੱਖਣਾ ਚਾਹਦੇ ਵੇੜਾ ਰੱਖਣਾ ਚਾਹਦੇ ਨੇ ਭਾਈ ਹਨੀਫ ਨਾਲ ਹਰ ਤਰ੍ਹਾਂ ਦੀਆਂ ਜੋਟੀਆਂ ਮੱਝਾਂ گاਵਾ ਮੌਕੇ ਦੇ ਮੌਜੂਦ ਹੁੰਦੀਆਂ ਉਸ ਤੋਂ ਇਲਾਵਾ ਜਨਾਬ ਦੀ ਫੰਡਰ ਝੋਟੀ ਵੀ ਦੇਈ ਤੀ ਤੋਲ ਕੇ ਹਾਂਜੀ ਤੇ ਉਹ ਮੇਰੇ ਭਾਈ ਮਰਤਜ਼ਾ ਦੀ ਵੀਡੀਓ ਚੜੀ ਹੈ ਮੈਨਾਂ ਵੀ ਰਾਬਤਾ ਕਰ ਸਕਦੇ ਜੇ ਗੱਬਣ ਝੋਟੀ ਵੀ ਦੇਈ ਦੀ 2 ਤੋਂ 3 ਮਹੀਨੇ ਦੀ 4 ਮਹੀਨੇ ਦੀ ਉਹ 350 ਰੁਪਏ ਕਿਲਦੀ ਦੇ ਹਿਸਾਬ ਨਾਲ ਉਹਨਾਂ ਨੇ ਮੌਕੇ ਤੇ ਦਿਓ ਦੇ ਜਾਂ ਫਿਰ ਨਹੀਂ ਜੀ ਉਹ ਤਿੰਨ ਦਿਨ ਪਹਿਲਾਂ ਸਾਨੂੰ ਉਹਨਾਂ ਬਿਆਨਾ ਕਰੋ 5000 ਰੁਪਇਆ ਤਿੰਨ ਦਿਨ ਬਾਅਦ ਆਪਣਾ ਮਾਲ ਵਸੂਲ ਕਰੋ ਸਿਰ ਉਹ ਵੀ ਤੁਹਾਡੀ ਪਸੰਦ ਆ ਜੇ ਤੁਹਾਨੂੰ ਪਸੰਦ ਆ ਤੋ ਲੈ ਜਾ ਸਕਦੇ ਜੇ ਨਹੀਂ ਪਸੰਦ ਕੋਈ ਮਸਲਾ ਨਹੀਂ ਅਸੀਂ ਤੁਹਾਡਾ ਬਿਆਨਾ ਵੀ ਵਾਪਸ ਕਰਨ ਨੂੰ ਤਿਆਰ ਹੋਵਾਂਗੇ ਇਨਸ਼ਾਅੱਲਾ ਬਿਲਕੁਲ ਜੀ ਸਹੀ ਗੱਲ ਹੈ ਜੀ 15 ਚੋਟੀ ਜਨਾਬ 2500 ਰੁਪਏ ਅਸੀਂ ਦੇਾਂਗੇ ਤੇ ਬਿਹਤਰੀਨ ਦੇ ਸਾਸ ਉਤਰੀ ਜਨਾਬ ਤਿੰਨ ਦਿਨ ਪਹਿਲਾਂ ਬਿਆਨਾ ਕਰੋ 1000 ਰੁਪਏ ਇੱਕ ਚੋਟੀ ਦਾ ਤਿੰਨ ਦਿਨ ਬਾਅਦ ਆਪਣਾ ਮਾਲ ਵਸੂਲ ਕਰੋ ਜਨਾਬ ਕੋਈ ਹੁਣ ਆਪਣੇ ਕੋਲ ਗੱਬਣ ਝੋਟੀਆਂ ਜਾਂ ਗੱਬਣ ਵਛੀਆਂ ਫ੍ਰੀਜ਼ਰ ਇਹ ਫ੍ਰੀਜ਼ੀ ਆ ਨਾ ਜਨਾਬ ਪਿਓਰ ਪਿਓਰ ਫ੍ਰੀਜ਼ੀ ਆ ਕਲਾਸ ਹੈ ਜਨਾਬ ਕਲਾਸ ਹੀ ਚੰਗੀਆਂ ਰਹੀਆਂ ਨੇ ਮਾਸ਼ਾਅੱਲ ਇਹ ਜੋ 5 ਮਹੀਨੇ ਦੀ ਬੱਚੀ ਗੱਬਣ ਜਨਾਬ 5 ਮਹੀਨੇ ਦੀ ਗੱਬਣ ਬੱਚੀ ਜੀ ਅੱਲਾਹ ਜੀ ਸੋਹਣੀਆਂ ਆ ਗਈਆਂ ਜੀ ਗੱਬਣਾ ਵੇੜਾ ਆ ਗਈਆਂ ਜੀ ਫ੍ਰੀਜ਼ਰ ਕਲਾਸ ਜੀ 99 ਕੋ ਜਨਾਬ ਹੋਣੇ ਨਾਲ ਲਾਟੂ ਸੋਨੇ ਥਾਨ ਬੱਚੀ ਦੇ ਆ ਵੇਖੋ ਜੀ ਮਾਸ਼ਾਅੱਲਾ ਕਿੰਨੀ ਕੀਮਤ ਹੈ ਜੀ ਹਾਂ ਜੀ ਕਿੰਨੀ ਕੀਮਤ 1.40 ਲੱਖ ਰੁਪਿਆ ਜਨਾਬ ਫਾਈਨਲ ਜੀ ਫਾਈਨਲ ਜੀ ਪਿਆਰ ਨਹੀਂ ਹੋਣਾ ਜੀ ਨਹੀਂ ਥੋੜਾ ਬੋਧਾ ਕਰ ਲਾਂਗੇ ਫਿਰ ਆ ਵੀ ਕ੍ਰਾਸ ਹੈ ਜੀ ਆ ਵੀ ਜਨਾਬ ਕ੍ਰਾਸ ਹੈ ਚਾਹੀਦਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਜਰਸੀ ਕ੍ਰਾਸ ਹੈ ਜਨਾਬ ਜਰਸੀ ਕ੍ਰਾਸ ਹੈ ਇਹਨੂੰ ਜਨਾਬ ਸਾਢੇ 6 ਮਹੀਨੇ ਦੀ ਗੱਭਣੇ ਬੱਚੀ ਜਨਾਬ ਹੈ ਸਾਢੇ 6 ਮਹੀਨੇ ਦੀ ਗੱਭਣ ਲਓ ਜੀ 6 ਮਾਂ ਪੰਜ ਮਾਂ 10 ਮਾਂ 1 ਲੱਖ 30 ਹਜ਼ਾਰ ਰੁਪਏ ਦੀ ਮੰਗ ਹੈ ਜਨਾਬ ਇਸ ਬੱਚੀ ਦੀ 1 ਲੱਖ 20 ਹਜ਼ਾਰ ਦੀ ਮੰਗ ਹੈ ਜੀ ਮਾ ਜਨਾਬ ਦੀ ਅੱਛਾ ਪਿਆਰ ਨਹੀਂ ਕਰਨਾ ਵੇਚਿਆ ਯਾਰ ਕਰ ਲਾਂਗੇ ਇਨਸ਼ਾ ਅੱਲਾ ਮੈਂ ਇਸ ਵਲ ਉਹ ਛੋਟੀਆਂ ਦੋ ਲੈ ਕੇ ਉਧਰ ਲੋ ਜੀ ਆਹੀ ਦੋ ਗੱਬਣਾ ਝੋਟੀਆਂ ਰਹਿ ਗਈਆਂ ਨਹੀਂ ਮਾਲ ਤਾਂ ਹੋਰ ਵੀ ਕਾਫੀ ਪਰ ਵੀਡੀਓ ਲੰਮੀ ਹੋ ਜਾਂਦੀ ਫਿਰ ਬੰਦੇ ਨਾ ਹਾਂਜੀ ਮੈਨੂੰ 14 ਮਿੰਟ ਦੀ ਹੋ ਗਈ ਹੈ ਜੀ ਕੋਈ ਗੱਲ ਨਹੀਂ ਮੱਝਾ ਆਪਣੇ ਕੋਲ ਬਹੁਤ ਜ਼ਿਆਦਾ ਛੋਟੀਆਂ ਜਨਾਬ ਮੱਝਾ ਜਿਸ ਤਰ੍ਹਾਂ ਕੋਈ ਵੀ ਆਰਡਰ ਕਰ ਰਿਹਾ ਹੈ ਜਿਸ ਤਰ੍ਹਾਂ ਉਹਨੂੰ ਚਾਹੀਦੀ ਸੀ ਉਸ ਤਰ੍ਹਾਂ ਦੇ ਲਿਆ ਕੇ ਦੇ ਆਂਗੇ ਜਨਾਬ ਨਹੀਂ ਨਹੀਂ ਠੀਕ ਹੈ ਮਾਸ਼ਾ ਚਲਾਉ ਨੂੰ ਉਹਨੇ ਖਾਇਸ਼ ਦੇ ਦਾਗ ਮਾਲ ਦੇਾਂਗੇ ਠੀਕ ਹੋ ਗਿਆ ਜੀ ਛੋਟੀਆਂ ਲੈ ਆਓ ਮੁੰਡਿਓ ਇਹਨਾਂ ਦਾ ਕੋਈ ਪਿਛਲਾ ਮਾਲ ਦਾ ਰਿਕਾਰਡ ਤੁਸੀਂ ਕਿਸ ਵਜ੍ਹਾ ਨਾਲ ਕਿਉਂ ਨਹੀਂ ਲੈਂਦੇ ਭਾਈ ਸਾਡਾ ਫਿਰ ਅਸੀਂ ਰੋ ਸਾਰੀ ਆਈ ਚਲਾਈ ਦਾ ਕੰਮ ਹੈ ਜਨਾਬ ਜਿਹੜੀ ਚੰਗੀ ਲੈਣੀ ਹੈ ਅਸੀਂ ਉਹ ਲੈਣੀ ਸੋਹਣੀ ਤੇ ਸਾਫ਼ ਸੁਥਰੀ ਜਨਾਬ ਕਮੈਂਟਸ ਵਿੱਚ ਇਹ ਹੀ ਗੱਲ ਕਰਦੇ ਤੁਸੀਂ ਮਾਲ ਦਾ ਰਿਕਾਰਡ ਨਹੀਂ ਪੁੱਛਦੇ ਉਹ ਜਨਾਬ ਅਸੀਂ ਸਾਡੇ ਕਿਹੜਾ ਕਰਦੀਆਂ ਹੁੰਦੀਆਂ ਨੇ ਅੱਗੂ ਹੀ ਲੈਦੀਆਂ ਨੇ ਪਿੰਡਾਂ ਪੁੰਡਾਂ ਚ ਫਿਰ ਕੇ ਇਤੋਂ ਜਿਹੜੀ ਚੰਗੀ ਲੈਣੀ ਹੈ ਉਹ ਹੀ ਲੈਣੀ ਹੈ ਸੋਹਣੀ ਲੈਣੀ ਹੈ ਤੇ ਇਨਸ਼ਾਅੱਲਾ ਬਹੁਤ ਚੰਗੀਆਂ ਛੋਟੀਆਂ ਨੇ ਫੜਗੋ ਕਿ ਕਿੜੀ ਕਿੜੀ ਨਸਲ ਦੀ ਹੁੰਦੀ ਸਾਡੇ ਕੋ ਜਨਾਬ ਨੀਲੀ ਦਾ ਵੀ ਲੁੱਡਣ ਜਿਸ ਤਰ੍ਹਾਂ ਦੀ ਕਹੋਗੇ ਉਸ ਤਰ੍ਹਾਂ ਦੀ ਇਨਸ਼ਾ ਅੱਲਾਹ ਜੀ ਦੇਾਂਗੇ ਪੰਜ ਕਲਿਆਣ ਲਓ ਇਹ ਛੋਟੀਆਂ ਜਨਾਬ ਵੇਖ ਲੋ ਮਾਸ਼ਾ ਅੱਲਾਹ ਮਾਲ ਆ ਕੇ ਕੁਆਲਟੀ ਵਾਲਾ ਜੀ ਇਹ ਛੋਟੀਆਂ ਦੋ ਮਹੀਨੇ ਦੀ ਗੱਬਣ ਹੈ ਜਨਾਬ ਇਹ ਗੱਬਣ ਪੰਜ ਕਲਿਆਣ ਪਰ ਨੁਹਾਈ ਕੋ ਨਹੀਂ ਦੀ ਕੋਈ ਗੱਲ ਨਹੀਂ ਜੀ ਸਾਰੇ ਮਾਲ ਨੱਪਦਾ ਨਹੀਂ ਗਾ ਫਿਰ ਗੱਲ ਦੀ ਮਾਲ ਬਹੁਤ ਜ਼ਿਆਦਾ ਸਾਰ 70 80 ਡੰਗ ਜਾਲਮਰ ਹੁੰਦੇ ਨੇ ਤੇ ਫਿਰ ਮਾਸ਼ਾ ਅੱਲਾਹ ਜੀ ਇਹ ਚੈੱਕ ਕਰੋ ਜੀ ਆ ਜਨਾਬ ਚੈੱਕ ਕਰੋ ਦੋ ਮਹੀਨੇ ਦੀ ਗੱਬਣ ਹੈ ਜਨਾਬ ਦੋ ਮਹੀਨੇ ਦੀ ਗੱਬਣ ਚੋਟੀ ਚੈੱਕ ਕਰੋ ਜੀ ਮਾਸ਼ਾ ਅੱਲਾ ਸੋਹਣੀ ਚੋਟੀ ਤੇ ਮੂੰਹ ਕਰ ਦੇ ਮੂੰਹ ਕਰ ਦੇ ਨਵਾਇਆ ਜਾਂਦਾ ਕਪੜਾ ਬੰਨਣਾ ਜਾਂਦਾ ਸੋਹਣੀ ਤਰ੍ਹਾਂ ਚਮਕਾਇਆ ਜਾਂਦਾ ਇਹੋ ਜੋੜੀ ਤੁਹਾਨੂੰ ਬਹੁਤ ਹੀ ਖੂਬਸੂਰਤੀ ਮੂੰਹ ਹੀ ਬੋਲਦੀ ਆ ਉਹ ਲੈ ਜੋ ਜੀ ਬਿਲਕੁਲ ਇਹ ਜਨਾਬ 2 ਮਹੀਨੇ ਦੀ ਗੱਬਣ ਆ ਜਨਾਬ 2.5 ਮਹੀਨੇ ਦੀ ਗੱਬਣ ਚੋਟੀ ਆ ਟਾਈਮਾਂ ਦੀ ਗੱਬਣ ਜੀ ਮਾਸ਼ਾ ਅੱਲਾ ਜੀ ਆ ਚੈੱਕ ਕਰੋ ਜੀ ਇਹ ਜਨਾਬ 350 ਰੁਪਏ ਕਿਲੋ ਤੋਲ ਕੇ ਦੇਾਂਗੇ ਇਹ ਦੋਵੇਂ ਜੋੜੀਆਂ ਜੀ ਹਾਂਜੀ ਲਓ ਜੀ ਦੋਸਤੋ ਜਿਸ ਬਾਈ ਨੂੰ ਜਿੰਨੀਆਂ ਚਾਹੀਦੀਆਂ ਹੋਣ ਅਸੀਂ ਉਹਨੀਆਂ ਦੇਾਂਗੇ ਇਨਸ਼ਾ ਅੱਲਾ

गबन ते ते गबन ये सारा को ये मिलेगा जी, हर माल वाला माल, माल माल भाई नीव नहीं माल बोलेगा जी, जी। ते माल खरीदो नंबर मिलाओ रेट का वादा कटा मजीदे होगा तो तो दोस्त जरा इतराज कर देनेट वीडियो तक इंतजार कीजिएगा